ਸੱਜਣਾ ਦਾ ਜਿਨ੍ਹਾਂ ਨੇ ਅੱਜ ਦੇ ਦੰਗਲ ਨੂੰ ਸਫਲ ਬਣਾਉਣ ਵਾਸਤੇ ਸਾਡੀ ਛਿੰਜ ਕਮੇਟੀ ਦਾ ਸਹਿਯੋਗ ਦਿੱਤਾ। ਕਿ ਚਿੜੀ ਚੁੰਝ ਭਰ ਲੈ ਗਈ ਨਦੀਓ ਨਾ ਕੱਟਿਆ ਨੀਰ, ਉਹ ਦਾਨ ਦੇਣੇ ਸੇ ਦਾਨ ਨਾ ਕੱਟੇ, ਕਹਿ ਗਏ ਭਗਤ ਕਬੀਰ, ਕਹਿ ਗਏ ਭਗਤ ਕਬੀਰ। ਢੋਲੀ ਜੀ ਲਾਓ ਡੱਗਾ ਦੇ, ਆਹ ਵੇਖੋ ਆਏ ਆਈ ਸ਼ਾਬਾਸ਼ੇ ਦਰਸ਼ਕੋ, ਲਖਦਾਤਾ ਪੀਰ ਕੀ ਮਾਰੋ ਤਾੜੀ ਜੇ ਕੁਸ਼ਤੀ ਵਧੀਆ ਲੱਗੀ ਜੇ ਜ਼ੋਰਦਾਰ ਜੈਕਾਰਾ ਬੋਲੋ ਬਾਬਾ ਰਾਮਦਾਸ ਜੀ ਦਾ, ਬੋਲ ਸਾਚੇ ਦਰਬਾਰ ਕੀ ਬਾਬਾ ਰਾਮਦਾਸ ਜੀ, ਬਾਬਾ ਬੱਲੇ 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 ਲਖਦਾਤਾ ਪੀਰ ਕੀ, ਸ਼ਾਬਾਸ਼ ਸ਼ਾਬਾਸ਼। ਇਹ ਦੇਖੋ ਨਾ ਬੱਲੇ 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 ਪੈਰ ਬੰਨ, ਚਲੋ ਖਾਣੇ ਜਾਵੋ। ਡੋਲੀ ਡੋਲੀ ਮੇਰੇ ਬਾਪ, ਡੋਲੀ 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 ਡੋਲੀ, ਮੈਂ ਦੋਨੋਂ ਪਹਿਲਵਾਨੋਂ ਸੇ ਗੁਜ਼ਾਰਿਸ਼ ਕਰੂੰਗਾ, ਬਾਹਰ ਕੀ ਤਰਫ ਨਾ ਭਾਗੇ, ਅਖਾੜਾ ਬਹੁਤ ਬੜਾ ਹੈ, ਨਹੀਂ ਤੋ ਦਾਵ ਦਿਆ ਜਾਏਗਾ। ਅਗਰ ਅੰਦਰ ਸੇ ਪਹਿਲਵਾਨ ਨੇ ਦਾਵ ਡਾਲਤੇ, ਅਗਰ ਆਪ ਬਾਹਰ ਕੋ ਭਾਗ ਰਹੇ ਹੋ, ਹਮ ਦੋ ਚਾਂਸ ਹਮਾਰੀ ਰਿਵਿਊਇੰਗ ਕਮੇਟੀ ਬੈਠੀ ਹੋਈ ਹੈ, ਤੋ ਕਾਲੂ ਜੀ ਕੇ ਲਈ ਇੱਕ ਮਾਈਨਸ ਬਨ ਲੱਗ ਚੁੱਕਾ ਹੈ ਬਾਹਰ ਕੀ ਤਰਫ ਭਾਗਨੇ ਕੇ ਲੀ। ਇਹ ਸਭੀ ਧਿਆਨ ਰੱਖੇਂਗੇ, ਮੇਰੇ ਬਹੁਤ ਅੱਛੇ ਪਹਿਲਵਾਨ ਹੈ, ਏਕ ਨੰਬਰ ਪਹਿਲਵਾਨ ਹੈ, ਭਾਰਤ ਕੇਸਰੀ ਕੇ ਲਈ ਲੜ ਰਹੇ ਹੈ, ਬਹੁਤ ਬੜਾ ਅਖਾੜਾ ਹੈ, ਅੰਦਰ ਕੁਸ਼ਤੀ ਕਰੇ, ਨਹੀਂ ਤਾਂ ਨੈਗੇਟਿਵ ਪੁਆਇੰਟ ਹੋਏਗੇ। ਲਾ ਵੀ ਭਾਰਤ ਕੇਸਰੀ ਟਾਈਟਲ ਦਿੱਤਾ ਜਾਣਾ, ਜਿਹੜੇ ਪਹਿਲਵਾਨ ਜੇਤੂ ਹੋਵੇਗਾ ਉਹਨੇ ਬਹੁਤ ਵੱਡਾ ਸੰਘਰਸ਼, ਪਰਵੀਨ ਪਹਿਲਵਾਨ ਕੁਹਾਲੀ ਤੇ ਕਾਲੋ ਬਾੜੋਵਾਲ ਦੇ ਦਰਮਿਆਨ ਜਿਹੜੀ ਕੁਸ਼ਤੀ ਬੜੀ ਟੌਪ ਦੀ ਸ਼ੁਰੂ ਹੋਈ ਆ ਜੀ, ਚੱਕ ਦੇ ਡੋਲੀ। ਵਾਹ ਵੀ ਵਾਹ, ਕਿਆ ਬਾਤ ਆ, ਬਹੁਤ ਵਧੀਆ ਕੁਸ਼ਤੀ, ਦੋਨਾਂ ਪਹਿਲਵਾਨਾਂ ਵਿੱਚ ਲੱਗੇ ਹੋਏ ਆ ਯੋਰ, ਦੋਨਾਂ ਪਹਿਲਵਾਨਾਂ ਦੇ, ਸਮਾਂ ਗੁਜ਼ਰਦਾ ਜਾ ਰਿਹਾ, ਬਹੁਤ ਵੱਡਾ ਯੁੱਧ ਅੱਜ ਬਿਹਾਰ ਦੀ ਧਰਤੀ ਦੇ, ਕੌਣ ਬਣੇਗਾ ਯੇਤੂ ਇਹ ਸਮਾਂ ਦੱਸੇਗਾ, ਇਹ ਸਮਾਂ ਦੱਸੇਗਾ। ਭੱਲੇ 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 ਭੱਲੇ, ਆਓ ਵਾਹ ਵੀ ਵਾਹ। ਦਰਸ਼ਕ ਵੀਰੋ ਇੱਕ ਵਾਰ ਜ਼ੋਰ ਨਾਲ ਤਾਲੀ ਵਜਾ ਦੋ, ਜੇ ਕੁਸ਼ਤੀ ਦਾ ਮਜ਼ਾ ਆ ਰਿਹਾ ਹੈ, ਜ਼ੋਰ ਸੇ ਇੱਕ ਵਾਰ ਪਹਿਲਵਾਨੋ ਕੀ ਹੌਸਲਾ ਅਫਜ਼ਾਈ ਕਰੋ, ਆਪਕਾ ਉਤਸ਼ਾਹ ਪਹਿਲਵਾਨੋ ਕੋ ਵੀ ਉਤਸ਼ਾਹਿਤ ਕਰਤਾ ਹੈ, ਤੋ ਇੱਕ ਵਾਰ ਜ਼ੋਰ ਤਾਲੀ, ਬੱਲੇ 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 ਬੱਲੇ, ਆਏ ਆਈ ਸ਼ਾਬਾਸ਼ੇ, ਬੱਲੇ ਬੱਲੇ ਬੱਲੇ। ਕੀਮਤੀ ਸਮਾਂ ਕਹਿੰਦੇ ਗੁਜ਼ਰਦਾ ਜਾ ਰਿਹਾ ਜੇ ਪਹਿਲਵਾਨੋ, ਕੀਮਤੀ ਸਮਾਂ ਗੁਜ਼ਰਦਾ ਜਾ ਰਿਹਾ, ਲਾਲੋ ਯੋਰ। ਸ਼ਾਬਾਸ਼ ਸ਼ਾਬਾਸ਼ ਪਹਿਲਵਾਨ, ਸ਼ਾਬਾਸ਼। ਆਏ 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 ਆਏ, ਉਹ ਬੱਲੇ 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 ਬੱਲੇ, ਅੰਦਰ ਆ ਜਾਓ, ਅੰਦਰ ਬਾਹਰ ਨੀ ਬਾਹਰ ਨੀ, ਸ਼ਾਬਾਸ਼ ਪ੍ਰੋ ਸ਼ਾਬਾਸ਼, ਬੱਲੇ ਬੱਲੇ। ਨਹੀਂ ਉਹ ਰੀਸਾਂ ਧਿਆਨ ਵਾਲਿਆਂ ਦੀ, ਧਿਆਨ ਛਿੰਜ ਕਮੇਟੀ ਦੀ ਨਹੀਂ ਰੀਸ, ਜਿਨ੍ਹਾਂ ਨੇ
ਪ੍ਰਤਾਪ ਦੇ ਮਲ ਬਰਾਇਆ ਬੜੀ ਵੱਡੀ ਕੁਸ਼ਤੀ ਕਰਵਾਈ ਆ ਹਿੰਦੁਸਤਾਨ ਦੇ ਰੁਸਤਮ ਪਹਿਲਵਾਨਾਂ ਦੀ ਆ ਕੁਸ਼ਤੀ ਕਰਵਾਈ ਆ ਜੀ ਉਧਰੇ ਸਾਡੇ ਵਿੱਚ ਬਲੋ ਛਿੰਝ ਕਮੇਟੀ ਪਹੁੰਚੀ ਹੋਈ ਆ ਅਸੀਂ ਜੀ ਆਇਆਂ ਨੂੰ ਆਖਦੇ ਹਾਂ ਵੈਲਕਮ ਕਰਦੇ ਹਾਂ ਬਲੋ ਛਿੰਝ ਕਮੇਟੀ ਦਾ ਵੀ ਨਾਲ ਸ਼ੰਭੂ ਤਾਰ ਛਿੰਝ ਕਮੇਟੀ ਪਹੁੰਚੀ ਆ ਸ਼ਾਬਾਸ਼ ਸ਼ਾਬਾਸ਼ ਪਹਿਲਵਾਨ 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 ਸ਼ਾਂਤੀ ਨਾਲ ਪਿਆਰ ਨਾਲ ਪਿਆਰ ਨਾਲ ਇੱਦਾਂ ਨਾ ਕਰੋ ਜਾਓ ਮਾਲੀ ਵਾਸਤੇ ਕੁਸ਼ਤੀ ਹੋ ਰਹੀ ਪਿਆਰ ਨਾਲ ਕਰੋ ਲਾ ਵੀ ਜਿਹੜੀ ਕੁਸ਼ਤੀ ਜਾ ਰਹੀ ਆ ਇੱਕ ਪਾਸੇ ਖੁਹਾਰੀ ਖਾੜੇ ਦਾ ਪਹਿਲਵਾਨ ਆ ਪ੍ਰਵੀਨ ਵਿਰਸੇ ਭਲਵਾਨੀ ਮਿਲੀ ਇਹਦੇ ਫਾਦਰ ਸਾਹਿਬ ਢਿੱਲਾ ਪਹਿਲਵਾਨ ਜੀ ਆਪਣੇ ਸਮੇਂ ਬਹੁਤ ਵਧੀਆ ਪਹਿਲਵਾਨ ਰਹੇ ਨੇ ਤੇ ਪਦਾਰਥ ਪਹਿਲਵਾਨ ਜੀ ਦਾ ਭਤੀਜਾ ਵਿਰਸੇ 'ਚ ਭਲਵਾਨੀ ਮਿਲੀ ਆ ਕਿ ਜੜ ਤੁਮੇ ਦੀ ਕੌੜੀ ਹੁੰਦੀ ਅਸਰ ਹੁੰਦਾ ਵਿੱਚ ਬੀਆਂ ਜਿਹੜਾ ਕੰਮ ਨੇ ਮਾਵਾਂ ਕਰਦੀਆਂ ਉਹ ਕਰਦੀਆਂ ਧੀਆਂ ਉਹ ਪਿਓ ਪਰ ਬੁੱਤ ਪਿਤਾ ਪਰ ਘੋੜਾ ਭਾਈ ਬਹੁਤਾਣੀ ਤੇ ਥੋੜਾ ਥੋੜਾ ਬਹੁਤਾਣੀ ਤੇ ਥੋੜਾ ਥੋੜਾ ਤੇ ਦੂਜੇ ਪਾਸੇ ਆ ਚੜ੍ਹਦੀ ਵਿਰੇਸ ਦਾ ਗੱਭਰੂ ਇਹਨੂੰ ਘਾਰੂ ਆਖਦੇ ਆ ਭਾਈ ਬਾੜੋਵਾਲ ਦੀ ਧਰਤੀ ਟਕਸਾਲੀ ਅਖਾੜਾ ਦੁਨੀਆਂ ਦੇ ਵਿੱਚ ਮੰਨਿਆ ਪਰਮੰਨਿਆ ਅਖਾੜਾ ਬਾੜੋਵਾਲ ਦੇ ਅਖਾੜੇ ਦਾ ਪਹਿਲਵਾਨ ਆ ਬੜਾ ਵੱਡਾ ਮਲ ਇਹ ਵੀ ਅੱਜ ਦੁਨੀਆਂ ਦੀਆਂ ਨਜ਼ਰਾਂ ਆ ਕੁਸ਼ਤੀ ਦੇ ਉੱਤੇ ਲੱਗੀਆਂ ਹੋਈਆਂ ਨੇ ਭਿਆਰ ਦੀ ਧਰਤੀ ਆ ਤੇ ਦੋ ਮੱਲਾਂ ਦੇ ਵਿੱਚ ਯੁੱਧ ਅੱਜ ਕੌਣ ਬਣੇਗਾ ਭਾਰਤ ਕੇਸਰੀ ਆਉਣ ਵਾਲਾ ਸਮਾਂ ਦੱਸੇਗਾ ਆਉਣ ਵਾਲਾ ਸਮਾਂ ਦੱਸੇਗਾ ਅੰਦਰ 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 ਆ ਜਾਓ ਅੰਦਰ ਆ ਜਾਓ ਅੰਦਰ ਆ ਜਾਓ ਸ਼ਾਬਾਸ਼ ਅੰਦਰ ਆ ਜਾਓ ਅੰਦਰ ਆ ਜਾਓ ਪਹਿਲਵਾਨ ਬਾਹਰ ਕੀ ਤਰਫ ਨਾ ਜਾਏ ਬਾਰ ਬਾਰ ਬਹੁਤ ਬੜਾ ਅਖਾੜਾ ਹੈ ਆਹਾ ਬੱਲੇ 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 ਬਾਈ ਬਹੁਤ ਵਧੀਆ ਕੁਸ਼ਤੀ ਮਾਲੀ ਦਾ ਘੋਲ ਮਾਲੀ ਦਾ ਅਈ ਸ਼ਾਬਾਸ਼ ਬੱਲੇ 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 ਵਾਹ ਬੜਾ ਯੋਧੇ ਦੋਨਾਂ ਪਹਿਲਵਾਨਾਂ ਵਿੱਚ ਇਹ ਹਿੰਦੁਸਤਾਨ ਦੇ ਉਹ ਮਲ ਨੇ ਜਿਹੜੇ ਮਿੱਟੀ ਦੇ ਸ਼ੇਰ ਖਾਏ ਜਾਂਦੇ ਨੇ ਇਹ ਮਿੱਟੀ ਖਾੜਾ ਮਿੱਟੀ ਵਾਲੀ ਕੁਸ਼ਤੀ ਜਿਹਨੂੰ ਮਿੱਟ ਰੈਸਲਿੰਗ ਆਖਦੇ ਆ ਬਹੁਤ ਵਧੀਆ ਕੁਸ਼ਤੀ ਦੋਨਾਂ ਪਹਿਲਵਾਨ ਵਿੱਚ ਡੋਲੀ ਡੋਲੀ ਪਹਿਲਵਾਨ ਜੀ ਇੱਕ ਨੰਬਰ ਜੋੜ ਆ 12 ਮਿੰਟ ਬੀਤ ਚੁੱਕੇ ਆ ਕੁਸ਼ਤੀ ਦਾ ਫੈਸਲਾ ਦਿਓ ਜਨਤਾ ਬੈਠੀ ਹੋਈ ਆ ਦੇਖਣੇ ਕੇ ਲੀਏ ਹਾਂਜੀ 18 ਮਿੰਟ ਮਾਰੋ ਹਲਾ 18 ਮਿੰਟ ਦਾ ਸਮਾਂ ਗੁਜ਼ਰ ਚੁੱਕਾ ਚੱਕ ਦੇ ਢੋਲੀ ਜੀ ਲਾ ਦੇ ਡਗੇ ਔਰ ਜਨਤਾ ਕੋ ਫੈਸਲਾ ਸੁਣਾਏ ਦਿਖਾਏ ਸਿਖਾੜੇ ਮੈਂ ਸ਼ਾਬਾਸ਼ 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 ਸ਼ਾਬਾਸ਼
मैं दर्शकों को एक बार फिर से कहूंगा, एक बार जोरदार ललकारा लगा दीजिए, जयकारा लखदाता पीर का, जयकारा लखदाता पीर की, बोल साचे दरबार की जय। शाबाश शाबाश दरबार शाबाश। ਪਹਿਲਵਾਨ ਖਾੜੇ ਚ ਆ ਜਾਓ, ਖਾੜੇ ਚ ਬਾਹਰ ਨੇ ਬੈਠੋ, ਪਿੱਛੇ ਨੂੰ ਆ ਜਾਓ, ਖਾੜੇ ਚ ਆਓ, ਖਾੜੇ ਚ, ਖਾੜੇ ਚ, ਇੱਦਾਂ ਨਾ ਕਰੋ, ਇੱਦਾਂ ਨਾ ਕਰੋ, ਇੱਦਾਂ ਨਾ ਕਰੋ, ਇੱਦਾਂ ਨਾ ਕਰੋ, ਸੈਂਟਰ ਚ ਆ ਜਾਓ, ਸ਼ਾਬਾਸ਼ ਸ਼ਾਬਾਸ਼ ਪਹਿਲਵਾਨ ਸ਼ਾਬਾਸ਼। ਹੈਲੋ 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 ਹੈਲੋ, ਛੱਡੋ ਭਰਾ ਜੀ ਅੰਦਰ ਆਓ, 20 ਮਿੰਟ ਦਾ ਸਮਾਂ ਜਿਹੜਾ ਪਹਿਲਵਾਨ ਦਿੱਤਾ ਸੀ ਉਹ ਸਮਾਪਤ ਹੋ ਗਿਆ। ਲਓ ਜੀ ਇੰਟਰਨੈਸ਼ਨਲ ਤਕਨੀਕ ਦੇ ਅਨੁਸਾਰ 5 ਮਿੰਟ ਦਿੱਤੇ ਜਾਣਗੇ, ਜਿਹੜਾ ਪਹਿਲਾ ਪੁਆਇੰਟ ਲਏਗਾ ਜੇਤੂ ਹੋਵੇਗਾ। ਇਹ ਕੁਸ਼ਤੀ ਪ੍ਰੇਮੀਓ 5 ਮਿੰਟ ਹੋਣਗੇ, ਘੜੀਆਂ ਨੋਟ ਕਰ ਲਓ, ਚਾਹੇ 4 ਮਿੰਟ ਵਿੱਚ ਹੋ ਜਾਏ, ਚਾਹੇ 1 ਮਿੰਟ ਵਿੱਚ ਹੋ ਜਾਏ, ਪੁਆਇੰਟ 5 ਮਿੰਟ 'ਚ ਹੋ ਜਾਏ, ਇਹ ਜਿਹੜੀ ਕੁਸ਼ਤੀ ਹੁਣ ਪੁਆਇੰਟ ਤੇ ਹੋਣੀ ਹੈ ਜੀ। ਹਾਂ, ਇਹ ਦੋਨੋਂ ਪਹਿਲਵਾਨ ਨੋਟ ਕਰ ਲਓ, ਪੁਆਇੰਟ ਜ਼ਰੂਰੀ ਲੈਣਾ ਪਵੇਗਾ, ਕੋਈ ਵੀ ਪਹਿਲਵਾਨ ਲੈ ਲਏ, ਇਹ ਹੱਲਾ ਮਾਰਨਾ ਪੈਣਾ, ਰਿਸਕ ਲੈਣਾ ਪੈਣਾ, ਪੁਆਇੰਟ ਜ਼ਰੂਰੀ ਲੈਣਾ ਪਵੇਗਾ, ਕਿਉਂਕਿ ਅਸੀਂ ਜਿੱਤ ਹਾਰ ਦਾ ਜਿਹੜਾ ਫੈਸਲਾ ਦੇਣਾ, ਜਿੱਤ ਹਾਰ ਦਾ। ਬਾਈ 500 ਰੁਪਈਆ ਹਾਂਜੀ, ਇਹ ਵੀ ਨੋਟ ਕਰ ਲਓ ਪਹਿਲਵਾਨ, ਜੇ 5 ਮਿੰਟ ਦੇ ਵਿੱਚ ਕੋਈ ਫੈਸਲਾ ਨਹੀਂ ਹੋਇਆ, ਫਿਰ ਕਮੇਟੀ ਦਾ ਜਿਹੜਾ ਫੈਸਲਾ ਅੰਤਿਮ ਫੈਸਲਾ ਹੋਵੇਗਾ ਜੀ। ਆਹ ਪੈਸੇ ਰਾਸ਼ੀ ਘੱਟ ਸਕਦੀ ਆ, ਤੇ ਬਿੱਟੂ ਜੀ, ਮਨੋਜ ਜੀ, ਤੁਸੀਂ ਥੋੜੇ ਕੁ ਹੁਣ ਐਕਟਿਵ ਹੋ ਜਾਓ, ਕਿਉਂਕਿ ਪੁਆਇੰਟ ਦੇ ਵਿੱਚ ਹੀ ਵੱਡਾ ਜੋ ਦੇਣਾ, ਮਾਰੋ ਤੜੀ, ਆਹ ਸ਼ੁਰੂ ਹੋ ਗਈ ਹੈ ਕੁਸ਼ਤੀ ਦੋਨਾਂ ਪਹਿਲਵਾਨ ਵਿੱਚ ਪੁਆਇੰਟ ਦੇ, ਭੱਲੇ 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 ਹਲਕਾ ਜਿਹਾ ਮਾਰਿਆ ਪੱਟਾਂ ਨੂੰ ਅਟੈਕ ਪ੍ਰਵੀਨ ਨੇ।
ਪੁਆਇੰਟ ਲੈਣ ਦੀ ਕਰ ਰਿਹਾ ਕੋਸ਼ਿਸ਼ ਤੇ ਦੂਜੇ ਪਾਸੇ ਕਾਲੂ ਦੋਨੋਂ ਗੁੱਟਰੇ ਜ਼ਮੀਨ ਨਾਲ ਲੱਗੇਗਾ ਪੁਆਇੰਟ ਮਾਨੇ ਨਹੀਂ ਹੋਵੇਗਾ। ਜਿੰਨੀ ਦੇਰ ਦੋਨੋਂ ਗੁੱਟਨੇ ਜ਼ਮੀਨ ਨਾਲ ਨਹੀਂ ਲੱਗਣਗੇ ਕੁਸ਼ਤੀ ਮਾਨੇ ਨਹੀਂ ਹੋਵੇਗੀ। ਲਾਵੀ ਵਧਾਈ ਦੇ ਪਾਤਰੀ ਸਾਡੀ ਛਿੰਜ ਕਮੇਟੀ ਧਿਆੜ ਕੇ ਅੱਜ ਦਾ ਜਿਹੜਾ ਦੰਗਲ ਸੰਪੂਰਨ ਹੋਇਆ ਬਹੁਤ ਵਧੀਆ ਕੁਸ਼ਤੀ ਹੋਈ ਦੋਨਾਂ ਪਹਿਲਵਾਨਾਂ ਵਿੱਚ ਵੱਡਾ ਯੁੱਧ ਹੋਇਆ ਪ੍ਰਵੀਨ ਪਹਿਲਵਾਨ